ਸਾਡੇ ਵਾਸਤੇ ਤਾਂ ਆਪਣੇ ਘਰ ਦਾ ਆਂਗਨ ਹੈਗਾ ਘਰ ਦਾ ਆਂਗਨ ਹੈਗਾ ਬਿਲਕੁਲ ਸਹੀ ਪੇਪਰ ਹੀ ਟੈਨਸ਼ਨ ਹੈ ਨਾ ਪੇਪਰ ਦੀ ਕੀ ਨੂੰ ਤੇ ਟੈਨਸ਼ਨ ਹੈ ਓਏ ਕਿਦਰਾ ਗੋਦੀ ਰੱਖੀ ਬੈਠਾ ਇਹਨੂੰ ਲੋ ਜੀ ਦੇਖੋ ਮਾਹੌਲ ਜੀ ਜੇ ਵਧੀਆ ਲੱਗਿਆ ਤਾਂ ਹਾਂ ਭਾਈ ਹੈਲੋ ਭਾਈ ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਅੱਜ ਆਏ ਹੋਏ ਅਸੀਂ ਯਾਰ ਬੇਲੀ ਭਰਾ ਜੋ ਮਰਜ਼ੀ ਕਹਿ ਲਓ ਤੇ ਸੁਖਨਾ ਲੇਕ ਤੇ ਮੇਰੇ ਵੀਰੋ ਸੁਖਨਾ ਲੇਕ ਤੇ ਪਿੱਛੇ ਵੀ ਦੇਖ ਰਹੇ ਹੋ ਬਾਕੀ ਹੋਰ ਦਿਖਾਉਂਦੇ ਹਾਂ ਤੁਹਾਨੂੰ ਅੱਜ ਤੇ ਹੁਣ ਅਸੀਂ ਇੱਧਰ ਤੋਂ ਨਾ ਇੱਧਰ ਆ ਗਏ ਘੁੰਮਦੇ ਫਿਰ ਰਹੇ ਹਾਂ ਕਹਾਂ ਜਾਣਾ ਤੁਸੀਂ ਦੱਸੋ ਕਿੱਥੇ ਜਾਣਾ ਚਲੀਏ ਮੋਰਨੀ ਮੋਰਦੀ ਕਹਦਾ ਨੇੜੇ ਹੀ ਹੈ ਕਿਤੇ ਨਹੀਂ ਨਹੀਂ ਬਾਈ ਇੰਨੀ ਦੂਰ ਨਹੀਂ ਮੈਂ ਜਾਂਦਾ खान पीन जा रहे हैं ते हुण देखदे किथे जांदे बाकी तुहानू उत्थे दिखांदे मेरी गल सुन जो बोलना ना उच्ची बोल आ क्या गल विच चुप चुप करी जा रहा है क्या ਬਾਈ ਕਹਿੰਦਾ ਕਹਿੰਦਾ ਵਲੋਗ ਬਣਾ ਲਈ ਤੇ ਅਸੀਂ ਕਹਿ ਦਿੰਦੇ ਮੋੜਨੀ ਚੱਲਦੇ ਆ ਤੇ ਪੁਰਾਣੇ ਵਾਲਾ ਵਲੋਗ ਪਾ ਦੇ ਵਿੱਚ ਅੱਛਾ ਕਿਹੜੇ ਪੁਰਾਣੇ ਵਾਲਾ ਨਹੀਂ 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 ਬਾਈ ਆ ਨਹੀਂ ਵੈਸੇ ਹੁਣ ਸਾਡਾ ਨਾ ਖਾਣ ਪੀਣ ਜਾਣੇ ਦਾ ਕੋਈ ਸਲਾਹ ਬਣ ਰਹੀ ਹੈ ਤੇ ਬਾਕੀ ਆ ਲਓ ਆਹ ਇਸ਼ਟ ਗੱਡੀ ਦਾ ਉਹ ਦੇਖੋ ਮਾਲਕ ਆ ਪੂਰੀ ਰਹਿੰਦਾ ਉਹਨਾਂ ਨੂੰ ਪੁੱਛ ਰਿਹਾ ਕਿਹੜਾ ਬਾਹਰ ਜਾਣੇ ਦਾ ਰਸਤਾ ਇਹੀ ਹੈਗਾ ਤਾਂ ਉਹ ਕਹਿੰਦੇ ਅਸੀਂ ਤਾਂ ਆਪ ਪਹਿਲੀ ਵਾਰ ਆਏ ਲਓ ਜੀ ਅਸੀਂ ਪਿੱਛੇ ਤੋਂ ਆ ਰਹੇ ਸੀਗੇ ਬੱਸਾਂ ਆਈਆਂ ਹਨਾ ਜਿਹੜੇ ਟੂਰਿਸਟ ਆਏ ਹੁੰਦੇ ਤੇ ਅਸੀਂ ਸੋਚ ਰਹੇ ਸੀਗੇ ਵੀ ਯਾਰ ਇਹਨਾਂ ਨੂੰ ਕਿੰਨਾ ਖਾਸ ਲੱਗਦਾ ਚੰਡੀਗੜ੍ਹ ਇਹ ਹਰ ਇੱਕ ਜਗ੍ਹਾ ਦੀ ਮਤਲਬ ਕਿ ਇਹੀ ਉਹ ਹੈ ਵੀ ਜਿਹੜੇ ਉੱਥੇ ਰਹਿੰਦੇ ਨਾ ਉਹਨਾਂ ਨੂੰ ਐਂ ਮਤਲਬ ਕੁਛ ਮਤਲਬ ਕਿ ਅਸੀਂ ਰੋਜ਼ ਦੇਖ ਦੇਖ ਉਹ ਹੋ ਗਿਆ ਹਨਾ ਆਪਾਂ ਕਿੱਥੇ ਗਏ ਆ ਕੁਛ ਨਵਾਂ ਦੇਖਣਾ ਆਪਣੇ ਨਵੇਂ ਬਲੌਗਰ ਸਾਹਿਬ ਆ ਕੇ ਕੱਟੀਏ ਜਿੱਦਣ ਚੱਲ ਗਏ ਜ਼ਿਆਦਾ ਹੀ ਉੱਦਣ ਕੱਟ ਲਾਂਗੇ ਨਹੀਂ ਨਹੀਂ ਪਤਾ ਕੀ ਫਿਰ ਅਸੀਂ ਇਹੀ ਸੋਚ ਰਹੇ ਸੀਗੇ ਵੀ ਜਿਹੜੇ ਮਤਲਬ ਕਿ ਉਰੇ ਆਉਂਦੇ ਉਹਨਾਂ ਨੂੰ ਕਿਆ ਖਾਸ ਇੰਨਾ ਲੱਗਦਾ ਹੈ ਤਾਂ ਖਾਸ ਹੈਗਾ ਜਿਹਦੇ ਪਹਿਲੀ ਵਾਰ ਦੇਖਣਾ ਸਾਡੇ ਵਾਸਤੇ ਸਰ ਅਸੀਂ ਇੱਧਰ ਨੂੰ ਇਹ ਲੰਘ ਜਾਂਦੇ ਕਾਲਜ ਵੀ ਅਤੇ ਬਸ ਐਵੇਂ ਹੀ ਲੰਘ ਜਾਂਦੇ ਹਾਂ ਸਾਡੇ ਵਾਸਤੇ ਤਾਂ ਆਪਣੇ ਘਰ ਦਾ ਆਂਗਨ ਹੈਗਾ ਘਰ ਦਾ ਆਂਗਨ ਹੈਗਾ ਬਿਲਕੁਲ ਸਹੀ ਹੈ ਰੋਜ਼ ਰੋਜ਼ ਦੇਖੀ ਜਾਓ ਹਾਂ ਨਹੀਂ ਵੈਸੇ ਵਧੀਆ ਬਾਈ ਜਿਹੜੇ ਆਏ ਨਹੀਂ ਹੁਣ ਤੱਕ ਉਹ ਆਓ ਉਹਨਾਂ ਵਾਸਤੇ ਬਹੁਤ ਵਧੀਆ ਆਹ ਦੇਖੋ ਸਟੂਡੈਂਟ ਦਾ ਐਵੇਂ ਟ੍ਰਿਪ ਆਉਂਦਾ ਲੈ ਕੇ ਜਾ ਰਹੇ ਹੁਣ ਆਪਣਾ ਰੋਗੜ ਤੋਂ ਲੈ ਕੇ ਇਹ ਜਿਹਾ ਕੁਛ ਹਿਸਾਬ ਹੈ ਜੀ ਅਮਨ ਕੱਲ ਚੱਲੇਗਾ ਫਿਰ ਮੂਵੀ ਦੇਖਣ ਕਿਉਂ ਪੇਪਰ ਹੈ ਯਾਰ ਪਰਸੋਂ ਅੱਧਾ ਸਿਲੇਬਸ ਤੇਰਾ ਇਵੇਂ ਖਬਰ ਹੋ ਜਾਣਾ ਕਦੇ ਖਬਰ ਹੋ ਜਾਣਾ ਅੱਧਾ ਸਿਲੇਬਸ ਪੰਜਾਬੀ ਦਾ ਪੇਪਰ ਹੈ ਨਾ ਦੇਖ ਪੰਜਾਬੀ ਉਹ ਫਿਲਮ ਦੇਖਣੀ ਪੰਜਾਬੀ ਫਿਲਮ ਪੰਜਾਬੀ ਲੈਂਗੁਏਜ ਦਾ ਧਾਰੀ ਦਾ ਹਾਂ ਫਿਰ ਫਿਰ ਉਹਦੇ ਵਿੱਚ ਅੱਧਾ ਪੇਪਰ ਕਵਰ ਹੋ ਜਾਣਾ ਚੱਲ ਕੋਈ ਨੀ ਕੁਛ ਤਾਂ ਸਮਝ ਆਊਗਾ ਹੀ ਤੁਝ ਤਾਂ ਸਮਝ ਆਊਗਾ ਹੀ ਨਾ ਚਲੋ ਦੇਖਦੇ ਤੂੰ ਵੀ ਚਲੇਗਾ ਨਾ ਸਾਥ ਮੈਂ ਦੇਖਾਂਗੇ ਭਰਾ ਪੰਜਾਬੀ ਨੀ ਸਮਝ ਆੜੀ ਨਹੀਂ ਆਊਗੀ ਯਾਰ ਪੰਜਾਬੀ ਫਿਲਮ ਪੁਰਾਣੀ ਦਿਖਾ ਦੂਏ ਪੰਜਾਬੀ ਯਾਰ ਦੇਖੋ ਫਿਰ ਤਾਂ ਦੇਖੋਗੀ ਸਰਤਾਜ ਦੀ ਫਿਲਮ
ਡੈਮੋ ਵਾਸਤੇ ਨਾ ਫਿਲਮ ਦੇ ਨੇ ਮੈਂ ਟਾਈਮ ਲੱਗੇਗਾ ਨਹੀਂ ਮੈਂ ਤੈਨੂੰ ਡੈਮੋ ਵਾਸਤੇ ਤੂੰ ਹੈਗਾ ਮੈਨੂੰ ਦੱਸ ਦੇ ਫਿਰ ਤਾਂ ਮੈਨੂੰ ਅਹੀ ਯਾਦ ਆਊਗਾ ਵੀ ਰੋਜ਼ ਦਿਨ ਆ ਕੁਐਸਚਨ ਪੁੱਛਿਆ ਤਾਂ ਫਿਲਮ ਉਹ ਦੁਬਾਰਾ ਨਹੀਂ ਪੁੱਛੋਗੇ ਲੈ ਕੇ ਜਾਣਾ ਜਾਂ ਫਿਰ ਐ ਕਰੀ ਸੋਲੂਸ਼ਨ ਖਤਮ ਲਾਸਟ ਗੈਲ ਕਾਪੀ ਲੈ ਗਈ ਜਿਹੜੀ ਜਨ ਚੀਜ਼ ਨਹੀਂ ਸਮਝ ਆ ਗਈ ਕਾਪੀ ਉਹ ਕਾਪੀ ਤੇ ਲਿਖ ਲਈ ਆ ਕੇ ਅਸੀਂ ਆ ਕੇ ਤੈਨੂੰ ਦੱਸ ਦੂੰਗੇ ਵੀ ਮੂਵੀ ਚ ਕਿਹੜੀ ਚੀਜ਼ ਕਿਆ ਸੀ ਹੈ ਸਾਨੂੰ ਸਾਰੀ ਯਾਦ ਰਹੂਗੀ ਟੈਨਸ਼ਨ ਨਾ ਲਈ ਸਮਝ ਵੀ ਨਹੀਂ ਆਏਗੀ ਨਾ ਆਪਣੀ ਬਾਤ ਤਾਂ ਸਾਰੀ ਮੈਂ ਤਾਂ ਸਾਰੀ ਫਿਲਮ ਲਿਖਦੇ ਹੋਏ ਰਹਿ ਜਾਣੀ ਚਲੋ ਜੀ ਇਹ ਤਾਂ ਗੱਲਾਂ ਹੁੰਦੀਆਂ ਰਹਿਣੀਆਂ ਹੁਣ ਆਪਾਂ ਛੇਤੀ ਬਣਾਉਂਦੇ ਯਾਰ ਮੈਂ ਤਾਂ ਜੀ ਜਾਂਦਾ ਬਰਗਰ ਆ ਜੀ ਬਣੇਗਾ ਇਧਰ ਬਣ ਰਿਹਾ ਦੇਖ ਕਿਧਰ ਬਣ ਜਾਣਾ ਬਸ ਤੇਰਾ ਇਹ ਪਰਸੋਂ ਚੱਲੀ ਜੀ ਪਰਸੋਂ ਮੈਂ ਕਹਿੰਦਾ ਪਰਸੋਂ ਪੇਪਰ ਆਇਆ ਯਾਰ ਮੇਰਾ ਔਕਾ ਦੇਖ ਦੇਖ ਯਾਰ ਫੋਰਸ ਨਾ ਕਰ ਜੇ ਤੇਰੀ ਤਿਆਰੀ ਹੈਗੀ ਉਸ ਹਿਸਾਬ ਨਾਲ ਤੂੰ ਸੈਟੀਸਫਾਈ ਨਹੀਂ ਮੈਂ ਬਿਨਾ ਪੜੇ ਵੀ ਲਾ ਪਤਾ ਕੀ ਕਰ ਮੈਨੂੰ ਆਉਂਦਾ ਨਹੀਂ ਇਹ ਪ੍ਰੋਫੈਸਰ ਦਾ ਕੀ ਮਤਲਬ ਹੈ ਨਾ ਪੇਪਰ ਹੀ ਟੈਨਸ਼ਨ ਹੈ ਨਾ ਪੇਪਰ ਦੀ ਕੀ ਨੂੰ ਤੇ ਟੈਨਸ਼ਨ ਹੈ ਜੇ ਪੇਪਰ ਹੀ ਟੈਨਸ਼ਨ ਨਹੀਂ ਫਿਲਮ ਦੇਖਣ ਚੱਲ ਲੋ ਜੀ ਵੀਡੀਓ ਆ ਗਿਆ ਹੰਗਰੀ ਪੁਆਇੰਟ ਦੇਖਦੇ ਹਾਂ ਅੰਦਰ ਜਾ ਕੇ ਓਏ ਕਿਧਰ ਗੋਦੀ ਰੱਖੀ ਬੈਠਾ ਇਹਨੂੰ ਲੋ ਮੇਰੇ ਵੀਰਿਓ ਹੋ ਗਈ ਰਾਤ ਤੇ ਆਪਾਂ ਇਸ ਟਾਈਮ ਹੈ ਪੰਜਾਬ ਯੂਨੀਵਰਸਿਟੀ ਤੇ ਹੁਣ ਘੁੰਮ ਰਹੇ ਹੈ ਬਾਕੀ ਜੋ ਵੀ ਹੋਊਗਾ ਨਾ ਉਹ ਤੁਹਾਨੂੰ ਦਿਖਾਉਂਦੇ ਮੈਂ ਇਹ ਚਿਲ ਮੋੜ ਸਵਾਦ ਆ ਵਿੱਚ ਠੀਕ ਹੈ ਲੋ ਜੀ ਅੱਜ ਤੁਹਾਨੂੰ ਯੂਨੀਵਰਸਿਟੀ ਨਵੀਂ ਦਿਖਾਉਂਦੇ ਜਿਹੜੀ ਹੋਵੇ ਬਿਲਕੁਲ ਸੁਨਮਸਾਨ ਇੰਨੀ ਸੁਨਮਸਾਨ ਯੂਨੀਵਰਸਿਟੀ ਕਰਦੇ ਕੀ ਜ਼ਿਆਦਾ ਲੋਕਡਾਊਨ ਚ ਹੋਊਗੀ ਤੇ ਯਾਦ ਦੇਖੀ ਨਹੀਂ ਹੋਣੀ ਸਾਰੀ ਸੁਨਸਾਨ ਸ਼ੋਪਾਂ ਸ਼ੋਪਾਂ ਤਾਂ ਬੰਦੇ ਹੋਣੀਆਂ ਕਿਉਂਕਿ ਇਸ ਟਾਈਮ ਕਿਹਨੇ ਆਉਣਾ ਹਰੇ ਸਭ ਬੰਦ ਇਸ ਤੋਂ ਸਿਵਾ ਨਹੀਂ ਇੱਕ ਹੋਰ ਹੈ ਉਸ ਤੋਂ ਸਿਵਾ ਉਰੇ ਕੋਈ ਨਹੀਂ ਇਹ ਹੈ ਸਟੂਸੀ ਇਸ ਸਟੂਸੀ ਨੂੰ ਤਾਂ ਤੁਸੀਂ ਜਾਣਦੇ ਹੋਣੇ ਇਹ ਹੈ ਸਟੂਸੀ ਇਹ ਹੈ ਸਟੂਸੀ ਕਿਆ ਹੈ ਸਟੂਸੀ ਸਟੂਸੀ ਲੋ ਜੀ ਦੇਖੋ ਮਾਹੌਲ ਆ ਬੜੇ ਸੋਹਣੇ ਲੱਗਦੇ ਨਾ ਟ੍ਰੀ ਇੱਥੇ ਹੀ ਚੜ ਚੜ ਕੇ ਲੋਕੀ ਵੀਡੀਓ ਬਣਾਉਂਦੇ ਕਿਤੇ ਹੈ ਲੋ ਜੀ ਉਰੇ ਪਤਾ ਨਹੀਂ ਕਿੰਨੀ ਮੂਵੀਜ਼ ਦੇਖੀਆਂ ਹੋਣੀ ਤੁਸੀਂ ਉਰੇ ਬਣੀਆਂ ਹੋਈਆਂ ਤੇ ਆਪਾਂ ਤਾਂ ਜਦੋਂ ਆਉਂਦੇ ਤਾਂ ਰਹਿੰਦੇ ਬਲੌਗ ਬਲੂ ਜੇ ਹੁਣੀ ਬਣਾ ਰਹੇ ਨਹਿਰ ਆ ਰਹੀ ਕਹਿੰਦਾ ਇਹ ਇਹ ਫੁਹਾੜੇ ਲੱਗੇ ਹੋਏ ਫਿਲਹਾਲ ਚੱਲ ਨਹੀਂ ਰਹੇ ਤੇ ਬਾਕੀ ਕੁਛ ਐਸਾ ਮਾਹੌਲ ਲੋਈ ਲਾਇਬ੍ਰੇਰੀ ਕਿੰਨੀ ਤਾਂ ਹੈਗੀ ਜਨਤਾ ਮਤਲਬ ਕਿ ਸਟੂਡੈਂਟ ਪਰ ਉੱਧਰ ਪੜ੍ਹਨ ਦੇ ਲਿਖਣ ਵਾਲੇ ਐ ਤਾਂ ਪਹੁੰਚਦਾ ਗਏ ਦੇਖੋ ਆਪਾਂ ਆਪਾਂ ਐ ਵੀ ਹਾਂ ਲਾਇਬ੍ਰੇਰੀ ਇਹ ਰਹੀ ਤੇ ਆਪਾਂ ਐ ਵੀ ਐ ਮਤਲਬ ਕਿ ਪੜ੍ਹਦੇ ਆ ਬਸ ਧੱਕੇ ਨਾਲੇ ਇੰਟਰਸਟ ਉਹ ਨਹੀਂ ਹੈਗਾ ਜਿਸ ਤਰ੍ਹਾਂ ਮੈਨੂੰ ਮਿਊਜ਼ਿਕ 'ਚ ਬਹੁਤ ਇੰਟਰਸਟ ਹੈ ਨਾ ਜਾਂ ਮੈਂ ਮਿਊਜ਼ਿਕ ਕਰਦਾ ਨਾ ਮੈਨੂੰ ਖੁਸ਼ੀ ਮਿਲਦੀ ਪੜ੍ਹ ਕੇ ਸਾਨੂੰ ਉਹ ਖੁਸ਼ੀ ਨਹੀਂ ਮਿਲਦੀ ਬਸ ਇੰਨੀ ਗੱਲ ਇੰਟਰਸਟ ਨਹੀਂ ਹੈ ਉਹ ਤੂੰ ਨਾ ਕਰੀ ਚਾਹ ਹੁਣ ਆਪਾਂ ਚੱਲੇ ਘਰੇ ਕਿਉਂਕਿ ਘਰ ਨੂੰ ਚੱਲੇ ਪਏ ਇੰਨਾ ਵੀ ਨਹੀਂ ਘੁੰਮਣਾ ਚਾਹੀਦਾ ਹਿਸਾਬ ਨਾਲ ਜੇ ਅਗਲੀ ਵਾਰ ਆਉਣਾ ਹੈ ਤਾਂ ਹੀ ਕਰਦੇ ਫਿਰ ਜ਼ਿਆਦਾ ਟੋਕਣਗੇ ਨਹੀਂ ਜੇ ਅਸੀਂ ਟਾਈਮ ਦਾ ਘਰੇ ਵੜ ਜਾਂਗੇ ਅਤੇ ਬਾਕੀ ਯੂਨੀਵਰਸਿਟੀ ਰੇਸਾਂ ਲਾਏਗਾ ਰੇਸਾਂ ਮੁੰਡਾ ਹਿੱਲ ਗਿਆ ਇਹ ਬੜੀ ਤੇਜ਼ ਚਲਾ ਰਿਹਾ ਅਤੇ ਹੁਣ ਆ ਗਿਆ ਆਪਾਂ 15 ਜਿੱਥੇ ਤੋਂ ਪਹਿਲਾਂ ਗਏ ਤੇ ਅਤੇ ਹੁਣ ਮੜ ਜਾ ਉਹਦੇ ਘੁੰਮ ਫਿਰ ਕੇ ਹੁਣ ਘਰੇ ਨਿਕਲਾਂਗੇ ਇਹ ਇਹ ਉਹ ਨਵਾਂ ਲਿਆ ਤੂੰ ਲਿਹਾਜ਼ ਕਰ ਲੈ ਇਹਦੇ ਨਾਲ ਇੰਨਾ ਇਹਦੀ ਇੱਥੇ ਫੇਰ ਦਿਖਾਉਂਦੇ ਬਾਕੀ ਬਾਅਦ 'ਚ ਖੜ੍ਹ ਜਾਓ ਅਰੇ ਚਾਏ ਚਾਏ ਵੀਰੇ ਚਾਏ 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 ਵੀਰੇ ਨਾਲ ਉਹ ਨਾਲ ਖਿੱਚ ਕੇ ਵੀਰੇ ਸਾਰੇ ਗਲਾਸ ਨਾਲ ਆ ਗਏ ਚੇਅਰਸ ਗਾਈਸ ਪਤਾ ਨਹੀਂ ਕਿਆ ਕਹਿੰਦੇ ਬਾਈ ਮੈਨੂੰ ਮਤਲਬ ਨਹੀਂ ਪਤਾ ਮੈਂ ਤਾਂ ਵੈਸੇ ਹੀ ਕਰ ਦਿੰਦੇ ਚੇਅਰਸ ਗਾਈਸ ਗਲਾਸ ਖੜਕਾਓ ਉਹ ਇੱਧਰ ਨੂੰ ਰੱਖ ਐ ਨਹੀਂ ਐ ਰੱਖ ਐ ਫੜਦਾ
ਬਾਕੀ ਉਹ ਦੇਖੋ ਇਹਨੂੰ ਜਵਾਨੀ ਚੜੀ ਕਿਸ ਤਰ੍ਹਾਂ ਭੱਜਿਆ ਜਾ ਰਿਹਾ ਹੈ। ਬਾਅਦ ਚ ਜਵਾਨੀ ਰੋਡਾਂ ਤੇ ਲਿੜਦੀ ਫਿਰਦੀ ਹੈ ਤੇ ਬਚਾ ਕੇ ਸੋਲਾਂ ਚ ਘੁੰਮਦੀ ਫਿਰਦੀ ਨਾਲੇ ਪੀਜੀਆਈ ਕਿਹੜੇ ਭੱਜਦੇ ਜਵਾਨੀ ਦੇ। ਇਸ ਕਰਕੇ ਥੋੜੇ ਜਿਹੇ ਜਵਾਨੀ ਦੇ ਜੋਸ਼ ਨੂੰ ਆਪਣਾ ਕਾਬੂ ਚ ਰੱਖੋ। ਲੋ ਮੇਰੇ ਵੀਰਿਓ ਇਹ ਬਲੌਗ ਇੱਥੇ ਤੱਕ ਹੀ ਸੀਗਾ ਤੇ ਬਾਕੀ ਅੱਜ ਤੁਹਾਨੂੰ ਅਸੀਂ ਚਿੱਲ ਮੋੜ ਦਿਖਾਇਆ ਚੰਡੀਗੜ੍ਹ ਤਾਂ ਜਿਹੜਾ ਆਪਾਂ ਘੁੰਮਦੇ ਫਿਰਦੇ ਰਹਿੰਦੇ ਹਾਂ ਵੈਸੇ ਵੀ ਤੇ ਠੀਕ ਹੈ ਜੀ ਜੇ ਵਧੀਆ ਲੱਗਿਆ ਤਾਂ ਹਾਂ ਬਾਈ ਹੈਲੋ ਬਾਈ ਕਰ ਜਾ ਰਹੇ ਬਾਈ ਓਏ ਇੱਧਰ ਰੱਖ ਬੜ ਜਾਇਆ ਕਰਕੇ। ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ, ਬੈਲ ਆਈਕਨ ਨੂੰ ਆਲ ਦੇ ਕਰਕੇ ਕਲਿੱਕ ਕਰ ਲਿਓ। ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਬਾ ਏ।